ਧਾਰਮਿਕ ਸੰਸਥਾਵਾਂ ਬਾਰੇ ਇੱਕ ਕਹਾਵਤ ਹੈ, ਗੁਰੂ ਦੀ ਗੋਲਕ ਗਰੀਬ ਦਾ ਮੂੰਹ। ਪਰ ਅੱਜ ਕੱਲ ਗੁਰਦੁਆਰਾ ਸਾਹਿਬ ਚ ਗਰੀਬ ਦੇ ਮੂੰਹ ਚੋਂ ਕੱਢ ਕੇ ਲੰਗਰ ਦੇ ਨਾਂ ਤੇ ਸਿਆਸਤਦਾਨਾਂ ਦੇ ਢਿੱਡ ਭਰੇ ਜਾ ਰਹੇ ਨੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਖੰਨਾ ਦੇ ਨਜ਼ਦੀਕ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾ ਵਿਖੇ, ਜਿੱਥੇ ਸਿਆਸਤਦਾਨ ਸ਼ਰੇਆਮ ਮੈਨੇਜਰ ਦੇ ਦਫਤਰ ਵਿੱਚ ਬੈਠ ਕੇ ਚਾਹ ਤੇ ਪਕੌੜੇ ਛਕਦੇ ਵੇਖੇ ਗਏ। ਸਿਆਸਤਦਾਨ ਅਤੇ ਗੁਰਦੁਆਰਾ ਸਾਹਿਬ ਦਾ ਮੈਨੇਜਰ ਇਸ ਬਾਰੇ ਕੋਈ ਜਵਾਬ ਨਹੀਂ ਦੇ ਸਕੇ। ਹਾਂਜੀ, ਤੁਸੀਂ ਮੈਨੇਜਰ ਹੋ ਇਸ ਟਾਈਮ ਮੌਕੇ ਤੇ, ਮੀਤ ਮੈਨੇਜਰ ਹੋ, ਕੀ ਬੋਲਣਾ ਚਾਹੇਂਗੇ ਉਹਦੇ ਬਾਰੇ, ਕੀ ਕਹਿਣਾ ਚਾਹੇਂਗੇ? ਹਾਂਜੀ, ਇਹ ਜਿਹੜਾ ਸਪੈਸ਼ਲ ਇਹਨਾਂ ਨੂੰ ਪਕੌੜਿਆਂ ਦਾ ਚਾਹ ਦਾ ਲੰਗਰ ਸਪੈਸ਼ਲ ਬਣਾਇਆ ਜਾ ਰਿਹਾ, ਲੰਗਰ ਤੋਂ ਬਾਹਰ ਹੋ ਕੇ ਵੀ ਉਹ ਕਿਉਂ ਛਕਾਇਆ ਜਾ ਰਿਹਾ ਜੀ? ਕਿਹਦੇ ਹੁਕਮ ਨੇ ਚਲਾਇਆ ਜਾ ਰਿਹਾ ਜੀ? ਕੀ ਹੈ ਉਹ ਜਿਹੜੀ ਰਿਪੋਰਟ ਆ ਕਹਿੰਦੇ? ਮੈਂ ਬਿਲਕੁਲ, ਜਿਹੜੀ ਇੱਕ ਲੰਗਰ ਦੀ ਪਰੰਪਰਾ ਚੱਲ ਰਹੀ ਆ ਗੁਰੂ ਅਮਰਦਾਸ ਜੀ ਵੱਲੋਂ, ਜਿਹੜੇ ਇੱਥੇ ਅੱਜ ਸਪੈਸ਼ਲ ਅਕਾਲੀ ਦਲ ਦੇ ਵਰਕਰਾਂ ਲਈ ਸਪੈਸ਼ਲ ਚਾਹ ਪਕੌੜੇ ਦੇ ਸਪੈਸ਼ਲ ਲੰਗਰ ਚਲਾਇਆ ਜਾ ਰਿਹਾ, ਉਹ ਲੰਗਰ ਤੋਂ ਬਾਹਰ ਹੋ ਕੇ ਕਿਉਂ ਚਲਾਇਆ ਜਾ ਰਿਹਾ? ਕੋਈ ਸਪੈਸ਼ਲ ਨਹੀਂ ਜੀ, ਕੋਈ ਸਪੈਸ਼ਲ ਨਹੀਂ ਜੀ। ਲੰਗਰ ਦੇ ਜਿਹੜੇ ਪਕੌੜੇ ਚੱਲਦੇ ਨੇ ਇੱਥੇ, ਉਹ ਲੰਗਰ 'ਚ ਵੀ ਚੱਲਦੇ ਜਿਹੜੇ ਇੱਥੇ ਚੱਲ ਰਹੇ ਨੇ? ਨਹੀਂ ਜੀ, ਕੋਈ ਸਪੈਸ਼ਲ ਨਹੀਂ ਹੈਗਾ, ਜਿਹੜਾ ਚਾਹ ਪਾਣੀ ਬਣਦਾ ਇੱਥੇ ਉਹ ਲੰਗਰ 'ਚ ਸਾਰੇ ਪ੍ਰਸ਼ਾਦਾ ਛਕਦੇ ਨੇ, ਕੋਈ ਇਹੋ ਜਿਹੀ ਗੱਲ ਨਹੀਂ ਜੀ। ਜਿਹੜਾ ਦੇਖਣ ਦੇ ਵਿੱਚ ਮੇਰੇ ਕੋਲ ਵੀਡੀਓ ਵੀ ਹੈਗੀ ਆ ਵੀ ਚਾਹ ਪਕੌੜੇ, ਚਲ ਹੋਣੀ ਆ ਤੁਹਾਡੇ ਕੋਲ, ਮੈਨੂੰ ਮੈਂ ਨਹੀਂ ਕਹਿ ਸਕਦਾ। ਚਲੋ ਵੈਸੇ ਵੀ ਇੱਥੇ ਤਾਂ ਖੀਰ ਵੀ ਬਣਦੀ ਰਹਿੰਦੀ ਆ ਲੰਗਰ 'ਚ ਸਾਰਾ, ਇੱਕ ਚੀਜ਼ ਮਿੱਠੀ ਦੋ ਦਿਨ ਬਣਦੀ ਬਣਦੀ ਆ। ਲੰਗਰ ਤੋਂ ਬਾਹਰ ਦੀ ਗੱਲ ਕਰ ਰਹੇ ਹਾਂ, ਚਲੋ ਬਾਹਰ ਪਕੌੜੇ ਹੋ ਸਕਦਾ ਕਿਸੇ ਨੇ ਬਣਾ ਤੇ ਹੋਣ, ਮੈਨੂੰ ਨਹੀਂ ਇਸ ਬਾਰੇ ਜਾਣਕਾਰੀ। ਸਿੰਘ ਜੀ, ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਸੀਗੇ ਉਹ ਸਾਡੇ ਕੋਆਰਡੀਨੇਟਰ ਨੇ ਆਪਣੇ ਖੰਡਰ ਸਾਹਿਬ ਜੀ ਜਸੋਂ ਸਿੰਘ ਜੀ ਖੰਡਰ, ਉਹ ਜਿਹੜੇ ਸਾਡੇ ਸੀਗੇ ਡੈਲੀਗੇਟ, ਉਹਨਾਂ ਦੀ ਰਾਏ ਲੈਣ ਆਏ ਸੀਗੇ ਵੀ ਜ਼ਿਲ੍ਹੇ ਦੇ ਪ੍ਰਧਾਨ ਬਾਰੇ। ਚਾਹ ਪਕੌੜੇ ਸਪੈਸ਼ਲ ਲੰਗਰ ਚਲਾਇਆ ਜਾ ਰਿਹਾ, ਕਿਉਂ ਚਲਾਇਆ ਜਾ ਰਿਹਾ ਜੀ, ਕਿਹਦੇ ਹੁਕਮ ਨਾਲ ਚਲਾਇਆ ਜਾ ਰਿਹਾ? ਦੂਜੇ ਪਾਸੇ ਕੁਝ ਸੂਝਵਾਨ ਲੋਕ ਇਤਰਾਜ਼ ਕਰ ਇਸ ਨੂੰ ਮਰਿਆਦਾ ਦੀ ਉਲੰਘਣਾ ਦੱਸ ਰਹੇ ਨੇ। ਪ੍ਰੋਫੈਸਰ ਸਾਹਿਬ, ਜੋ ਮੰਜੀ ਸਾਹਿਬ ਗੁਰਦੁਆਰੇ ਸਾਹਿਬ ਦੇ ਕੁਰਸੀਆਂ ਤੇ ਬੈਠ ਕੇ ਲੰਗਰ ਛਕ ਰਹੇ ਸੀ, ਉਹਦੇ ਕੀ ਵਿਚਾਰ ਹੈ ਤੁਹਾਡੇ? ਇਹ ਦੇਖੋ, ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਜੋ ਕਿ ਖੰਨਾ ਦੇ ਨੇੜੇ ਸਥਿਤ ਹੈ, ਉੱਥੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਅਤੇ ਉਹਨਾਂ ਦੇ ਸਾਥੀ ਕੁਰਸੀਆਂ ਤੇ ਬੈਠ ਕੇ ਚਾਹ ਪਕੌੜਿਆਂ ਦਾ ਲੰਗਰ ਛਕ ਰਹੇ ਨੇ। ਵੱਡੀ ਗੱਲ ਇਹ ਹੈ, ਗੁਰੂ ਸਾਹਿਬ ਦੀ ਇੱਕ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸਿੱਖ ਕੌਮ ਨੂੰ ਪੰਗਤ ਦਾ, ਪੰਗਤ ਤਾਂ ਵੱਡੀ ਦੂਰ ਦੀ ਗੱਲ ਹੈ, ਫਰਕ ਹੋ ਰਿਹਾ। ਇੱਕ ਪਾਸੇ ਸਾਦਾ ਲੰਗਰ ਸੰਗਤ ਨੂੰ ਥੱਲੇ ਬੈਠ ਕੇ ਛਕਾਇਆ ਜਾ ਰਿਹਾ, ਦੂਜੇ ਪਾਸੇ ਚਾਹ ਦੇ ਪਕੌੜਿਆਂ ਨਾਲ ਕੁਛ ਉੱਥੇ ਦੇ ਸਿਆਸੀ ਲੀਡਰ ਅਤੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਸਾਫ਼ ਦਿਖ ਰਿਹਾ ਵੀ ਉਹ ਛਕ ਰਹੇ ਨੇ ਕੁਰਸੀਆਂ 'ਤੇ ਬੈਠ ਕੇ, ਜਿਹੜੇ ਕਿ ਪੰਗਤ ਦੇ ਸਿਧਾਂਤ ਦੀ ਕੋਈ ਤੋਹੀਨ ਹੈ। ਮੈਨੂੰ ਲੱਗਦਾ ਵੀ ਇਸ ਤੋਂ ਵੱਡਾ ਸਿੱਖ ਧਰਮ ਦਾ ਜਿਹੜਾ ਸਿਧਾਂਤ ਹੈ ਇਹਦਾ ਜੋ ਘੋਰ ਉਲੰਘਣਾ ਹੈ, ਹੋਰ ਨਹੀਂ ਹੋ ਸਕਦੀ। ਮੈਂ ਦੱਸਣਾ ਚਾਹੁੰਦਾ ਵੀ 1998 ਦੇ ਵਿੱਚ ਭਾਈ ਰਣਜੀਤ ਸਿੰਘ ਜੀ ਜਿਹੜੇ ਕਿ ਉਸ ਸਮੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਵੀ ਕੋਈ ਵੀ ਸਿੱਖ ਕੁਰਸੀ 'ਤੇ ਬੈਠ ਕੇ ਲੰਗਰ ਨਾ ਛਕੇ, ਜਿਸ ਦੀ ਆਵਾਜ਼ ਦੇਸ਼ਾਂ ਵਿਦੇਸ਼ਾਂ 'ਚ ਗਈ ਅਤੇ ਸੰਗਤ ਨੇ ਇਸ ਗੱਲ ਨੂੰ ਮੰਨਿਆ, ਲੇਕਿਨ ਅੱਜ ਵੀ ਉਹੀ ਕੁਛ ਇੱਥੇ ਰੁਝਾਨ ਜਾਰੀ ਹੈ। ਮੈਂ ਇਸ ਚੈਨਲ ਦੇ ਜ਼ਰੀਏ, ਇਸ ਵੀਡੀਓ ਦੇ ਜ਼ਰੀਏ, ਇਸ ਆਵਾਜ਼ ਆਪਣੀ ਆਵਾਜ਼ ਦੇ ਰਾਹੀਂ ਪ੍ਰਧਾਨ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹਨਾਂ 'ਤੇ ਕਾਰਵਾਈ ਕਰੋ, ਜੇ ਇਹਨਾਂ 'ਤੇ ਤੁਸੀਂ ਕਾਰਵਾਈ ਨਹੀਂ ਕਰਦੇ ਕੱਲ੍ਹ ਨੂੰ ਇਹ ਕਿਤੇ ਹੋਰ ਵੀ ਦੁਹਰਾਇਆ ਜਾ ਸਕਦਾ ਹੈ ਅਤੇ ਸਿੱਖ ਸੰਗਤ ਦਾ ਜਿਹੜਾ ਰੋਸ ਅਗਰ ਸੜਕਾਂ 'ਤੇ ਹੋਊਗਾ। ਅਤੇ ਅਗਰ ਇਹ ਤੁਹਾਡੀ ਜਿਹੜੀ ਮੰਗ ਹੈ, ਅਗਰ ਇਹ ਆਨਾਕਾਨੀ ਕਰਦੇ ਹੈ ਤਾਂ ਇਹਦੇ ਵਿੱਚ ਤੁਸੀਂ ਅੱਗੇ ਰਣਨੀਤੀ ਕੀ ਹੋਏਗੀ ਤੁਹਾਡੀ? ਅਗਲੀ ਰਣਨੀਤੀ ਇਹ ਹੋਏਗੀ ਵੀ ਉੱਥੇ ਜਿਹੜੀ ਟੀਮ ਹੈ ਖੰਨੇ ਦੇ ਸਾਡੇ ਸਾਥੀ ਨੇ ਸੰਗਤ ਉਹਨਾਂ ਨਾਲ ਲੈ ਕੇ ਅਸੀਂ ਉੱਥੇ ਰੋਸ
ਪ੍ਰਦਰਸ਼ਨ ਕਰਾਂਗੇ, ਧਰਨਾ ਦੇਵਾਂਗੇ, ਸ਼੍ਰੀ ਅਕਾਲ ਤਖਤ ਸਾਹਿਬ ਤੱਕ ਵੀ ਜਾਵਾਂਗੇ, ਜਥੇਦਾਰ ਸਾਹਿਬ ਨੂੰ ਮਿਲਾਂਗੇ। ਪ੍ਰਧਾਨ ਸਾਹਿਬ ਨੂੰ ਮੇਰੀ ਫਿਰ ਬੇਨਤੀ ਹੈ ਵੀ ਤੁਸੀਂ ਇਸ ਚੀਜ਼ ਦਾ ਛੇਤੀ ਤੋਂ ਛੇਤੀ ਨੋਟਿਸ ਲੈ ਕੇ ਉਹਨਾਂ ਬੰਦਿਆਂ ਨੂੰ ਜਿਹੜੇ ਸਾਫ ਦਿਖ ਰਹੇ ਨੇ ਕੁਰਸੀਆਂ 'ਤੇ ਬੈਠੇ, ਚਾਹ ਪਕੌੜੇ ਦਾ ਲੰਗਰ ਛਕਦੇ, ਮੰਜੀ ਸਾਹਿਬ ਨੂੰ ਛੱਡ ਕੇ ਜਿੱਥੇ ਵੀ ਕਿਤੇ ਹੋਰ ਹੈ ਇਹ, ਉਹ ਵੀ ਗੁਰਦੁਆਰਾ ਸਾਹਿਬ ਅਤੇ ਜਿੱਥੇ ਕਿਤੇ ਹੋਰ ਵੀ ਇਸ ਤਰ੍ਹਾਂ ਦੀ ਉਲੰਘਣਾ ਹੁੰਦੀ ਹੈ ਗੁਰੂ ਸਾਹਿਬ ਦੇ ਸਿਧਾਂਤਾਂ ਦੀ, ਉਹ 'ਤੇ ਫੌਰਨ ਐਕਸ਼ਨ ਲਿਆ ਜਾਵੇ, ਨੋਟਿਸ ਦਿੱਤਾ ਜਾਵੇ ਉਹਨਾਂ ਨੂੰ, ਤਾਂ ਜੋ ਸਿੱਖ ਕੌਮ ਜਿਹੜੀ ਅੱਜ ਦਿਸ਼ਾ ਚਾਹੁੰਦੀ ਹੈ ਕਿ ਚੰਗੀ ਦਿਸ਼ਾ, ਉਸਨੂੰ ਦਿਸ਼ਾ ਮਿਲ ਸਕੇ ਅਤੇ ਨੌਜਵਾਨ ਹੈ ਜਿਹੜੇ ਇਸ ਕੌਮ ਦੇ ਉਹ ਸਿਧਾਂਤਾਂ 'ਤੇ ਕਾਇਮ ਰਹਿ ਸਕਣ ਅਤੇ ਸਾਡੀ ਜਿਹੜੀ ਸਿੱਖੀ ਹੈ ਉਸਨੂੰ ਬਚਾਇਆ ਜਾ ਸਕੇ ਅਤੇ ਪ੍ਰਫੁੱਲਿਤ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਣ ਵਿੱਚ ਆਇਆ ਕਿ ਜਦੋਂ ਅਕਾਲੀ ਦਲ ਦੇ ਲੀਡਰ ਅਤੇ ਕਮੇਟੀ ਮੈਂਬਰ ਗੁਰਦੁਆਰਾ ਸਾਹਿਬ ਦੇ ਨਾਲ ਬਣੇ ਕਮਰਿਆਂ 'ਚ ਬੈਠਦੇ ਹਨ ਤਾਂ ਉਹਨਾਂ ਲਈ ਸਪੈਸ਼ਲ ਚਾਹ ਅਤੇ ਪਕੌੜੇ ਦੇ ਲੰਗਰ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਜੋ ਉਹ ਕੁਰਸੀਆਂ 'ਤੇ ਬਹਿ ਕੇ ਛਕਦੇ ਨੇ। ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਪੰਗਤ ਦੀ ਮਰਿਆਦਾ ਦੀ ਇਹ ਘੋਰ ਉਲੰਘਣਾ ਹੈ। ਪਾਤਸ਼ਾਹ ਅਕਬਰ ਨੇ ਵੀ ਕਿਸੇ ਸਮੇਂ ਪੰਗਤ 'ਚ ਬੈਠ ਕੇ ਲੰਗਰ ਛਕਿਆ ਸੀ। ਅੱਜ ਦੇ ਕੁਝ ਸਿਆਸਤਦਾਨਾਂ ਨੇ ਇਸ ਕਾਇਦੇ ਦੀਆਂ ਤਰਜੀਆਂ ਉਡਾ ਦਿੱਤੀਆਂ ਨੇ ਜੋ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। 1998 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਹੁਕਮਨਾਮਾ ਜਾਰੀ ਕਰਦੇ ਹੋਏ ਕੁਰਸੀਆਂ 'ਤੇ ਬਹਿ ਕੇ ਲੰਗਰ ਛਕਣ ਦੀ ਪ੍ਰਥਾ ਤੁਰੰਤ ਬੰਦ ਕਰਨ ਲਈ ਕਿਹਾ ਸੀ, ਪਰ ਅੱਜ ਉਸ ਹੁਕਮਨਾਮੇ ਦੀ ਪਰਵਾਹ ਨਹੀਂ ਕੀਤੀ ਜਾ ਰਹੀ ਹੈ।